ਤੁਹਾਨੂੰ ਪਤਾ ਪਿਛੇ ਦਿਨਾਂ ਤੇ ਇਹਦੀ ਹੱਡੀ ਜਿਹੜੀ ਸੀ ਚੱਪਣੀ ਦੀ ਹੱਡੀ ਉਹ ਇੱਕ ਸਾਈਡ ਚਲੀ ਗਈ ਸੀ 1.5-2 ਇੰਚ ਇੰਨੀ ਹੱਡੀ ਬਾਹਰ ਨਿਕਲ ਗਈ ਤਾਂ ਡਾਕਟਰ ਨੇ ਤੁਰ ਨਹੀਂ ਸੁਣਦਾ ਡਾਕਟਰ ਨੇ ਕਿਹਾ ਸੀ ਆਪਰੇਸ਼ਨ ਹੋਣਾ ਤੇਰਾ ਨਾ ਹਾਂਜੀ ਆਪਰੇਸ਼ਨ ਹੋਣਾ ਹਾਂਜੀ ਪਰ ਜਿਹਲੇ ਪ੍ਰੇਅਰ ਕੀਤੀ ਤਾਂ ਆਪ ਵੀ ਨੇ ਪ੍ਰੇਅਰ ਕੀਤੀ ਮੇਰੇ ਕੋਲ ਵੀ ਫੋਨ 'ਤੇ ਦੁਆ ਕਰਾਈ ਅਤੇ ਪ੍ਰਭੂ ਨੂੰ ਜਲਾਲ ਮਿਲੇ ਉਹ ਚੱਪਣੀ ਆਪਣੇ ਆਪ ਹੀ ਆਪਣੀ ਜਗ੍ਹਾ 'ਤੇ ਕੀ ਆ ਆ ਗਈ ਠੀਕ ਹੈ ਨਾ ਦੂਸਰੀ ਗੱਲ ਉਸ ਤੋਂ ਬਾਅਦ ਇੱਥੇ ਇਹਨਾਂ ਨੇ ਖੜੇ ਹੋ ਕੇ ਆਪਣੀ ਗਵਾਹੀ ਦੱਸੀ ਸੀ ਖਿਆਲ ਨਾਲ ਸੁਣੀਏ ਇਹਨਾਂ ਦੇ ਦੋਨੋਂ ਚਸਤ ਦੇ ਅੰਦਰ ਰਸੌਲੀਆਂ ਹੋ ਗਈਆਂ ਅਤੇ ਉਹ ਜਿਹੜੇ ਚਿੰਨ ਸੀ ਉਹ ਕੈਂਸਰ ਦੇ ਬਣ ਗਏ ਸੀ ਪਰ ਉਹ ਤੋਂ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਤੁਸੀਂ ਮੇਰੇ ਲਈ ਪ੍ਰੇਅਰ ਕਰੋ ਜਿਹੜੇ ਤੁਸੀਂ ਇਹਨਾਂ ਨੇ ਤੁਸੀਂ ਇਹ ਤਾਂ ਚਰਚ ਨੇ ਪ੍ਰੇਅਰ ਕੀਤੀ ਔਰ ਰਸੌਲੀਆਂ ਗਾਇਬ ਹੋ ਗਈਆਂ ਇੱਦਾਂ ਦੱਸੋ ਜੀ ਇੱਦਾਂ ਹੀ ਕਿ ਮੈਂ ਕਹਿ ਰਿਹਾ ਦੱਸਦੇ ਹੋਏ ਮੈਂ ਤਾਂ ਦੱਸਣਾ ਚਾਹੁੰਦਾ ਇਹ ਭੈਣ ਜੀ ਕਰਤਾਰਪੁਰ ਦੇ ਲਾਗੇ ਇੱਕ ਪਿੰਡ ਆ ਹੁਸਨ ਮੁੰਡਾ ਪਿੰਡ ਆ ਇਹ ਆਪਣੇ ਚਰਚ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਨੇ ਇੱਥੇ ਠੀਕ ਹੋਏ ਸੀ ਅੱਜ ਤੋਂ ਕੁਛ ਸਾਲ ਪਹਿਲਾਂ ਹੈ ਹੁਣ ਇਹਨਾਂ ਨੇ ਇੱਕ ਦਿਨ ਮੈਨੂੰ ਦੱਸਿਆ ਜਿਹੜੀ ਟੈਸਟ ਬਣੀ ਮੈਂ ਸੁਣੀ ਇਹਨਾਂ ਦੀ ਜਿਹੜੀ ਹੱਡੀ ਆ ਗੁੱਟਨੇ ਦੀ ਉਹ ਬਾਹਰ ਆ ਗਈ ਸੀ ਹੈ ਨਾ ਬਾਹਰ ਆ ਗਈ ਸੀ ਇੰਨੀ ਹੱਡੀ ਬਾਹਰ ਆ ਗਈ ਡਾਕਟਰ ਨੇ ਕਿਹਾ ਓਪਰੇਸ਼ਨ ਕਰਨਾ ਹੈ ਡਾਕਟਰ ਨੇ ਕਿਹਾ ਇਹ ਹੱਡੀ ਅੰਦਰ ਜਾਣੀ ਤੇ ਇਹਨਾਂ ਕੋਲ ਤੁਰਨਾ ਵੀ ਬਹੁਤ ਮੁਸ਼ਕਲ ਹੋ ਗਿਆ ਸੀ ਤੁਰਨਾ ਤੁਰ ਨਹੀਂ ਸੀ ਸਕਦੇ ਪਰ ਪਰਮੇਸ਼ੁਰ ਨੂੰ ਮਹਿਮਾ ਦਿੰਦੇ ਇਹਨਾਂ ਨੇ ਮੈਨੂੰ ਫੋਨ 'ਤੇ ਕਿਹਾ ਕਿ ਮੇਰਾ ਹਾਲਾਤ ਆ ਮੇਰੀ ਹੱਡੀ ਬਾਹਰ ਆ ਗਈ ਆ ਮੈਂ ਕਿਹਾ ਕੋਈ ਨਹੀਂ ਇਹਨਾਂ ਨੇ ਆਪ ਵੀ ਪ੍ਰੇਅਰ ਕੀਤੀ ਔਰ ਮੈਂ ਵੀ ਫੋਨ 'ਤੇ ਜਿਹਲੇ ਪ੍ਰੇਅਰ ਕੀਤੀ ਹੱਡੀ ਕੜਕ ਕਰਦੀ ਆਪਣੀ ਜਗ੍ਹਾ 'ਤੇ ਆ ਗਈ ਇਹਨਾਂ ਦਾ ਜਿਹੜਾ ਗੁੱਟਿਆਂ ਦੀ ਹੱਡੀ ਸੀ ਬਾਹਰ ਆਈ 1-1.5 ਇੰਚ ਬਾਹਰ ਉਹ ਦੁਬਾਰਾ ਵਾਪਸ ਆਪਣੀ ਜਗ੍ਹਾ 'ਤੇ ਆ ਗਏ ਇਹ ਪਤਾ ਕਿਉਂ ਹੁੰਦਾ ਦੁਆ ਕਰਨ ਵਾਲਾ ਵੀ ਉੱਦਾਂ ਦਾ ਹੋਵੇ ਅਤੇ ਦੁਆ ਕਰਨ ਵਾਲਾ ਵੀ ਵਿਸ਼ਵਾਸ 'ਚ ਖੜਾ ਹੋਵੇ ਉਹ ਉਹਦੇ ਲਈ ਸਚਾਰੇ ਕਰਮ ਹੁੰਦਾ ਹੈ ਹਾਂਜੀ ਤੁਹਾਡੇ ਮੇਰੇ ਲਈ ਪ੍ਰਾਰਥਨਾ ਕਰੋ ਮੈਂ ਚਰਚ ਆਉਣਾ ਚਾਹੁੰਦੀ ਸੀ ਮੇਰੇ ਕੋਲ ਤੁਰ ਫਿਰ ਨਹੀਂ ਹੁੰਦਾ ਸੀ ਮੈਂ ਬਹੁਤ ਤਕਲੀਫ ਦੇ ਵਿੱਚ ਸੀਗੀ ਹੁਣ ਵੀ ਮੈਂ ਬਹੁਤ ਜ਼ਿਆਦਾ ਬਿਮਾਰ ਸੀਗੀ ਪਰ ਫਿਰ ਵੀ ਮੈਂ ਚਰਚ ਆਈ ਹਾਂ ਕਿ ਪਰ ਫਿਰ ਵੀ ਮੈਂ ਚਰਚ ਆਈ ਹਾਂ ਕਿ ਪਰਮੇਸ਼ਵਰ ਮੈਨੂੰ ਚੰਗਾ ਕਰਨ ਵਾਲਾ ਪਰਮੇਸ਼ਵਰ ਮੇਰਾ ਦਿਲ ਬਹੁਤ ਚੱਕ ਹੋ ਗਿਆ ਸੀਗਾ ਮੈਂ ਦਵਾਈਆਂ ਖਾ ਖਾ ਬਹੁਤ ਅੱਕ ਗਈ ਹਾਂ ਮੈਂ ਬਹੁਤ ਪਿਛਲੇ ਦਿਨਾਂ ਤੋਂ ਪਲੀਜ਼ ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ ਚੰਗੀ ਹੋ ਜਾਵਾਂ ਮੈਂ ਬਹੁਤ ਸਮੇਂ ਤੋਂ ਬਿਮਾਰ ਹਾਂ ਮੇਰੇ ਬ੍ਰੈਸਟ ਦੇ ਵਿੱਚ ਦੋਨਾਂ ਬ੍ਰੈਸਟ ਦੇ ਵਿੱਚ ਇਹਨਾਂ ਦੇ ਪਿਛਲੇ ਦਿਨ ਤੈਨੂੰ ਬੁਖਾਰ ਹੋਇਆ ਬੁਖਾਰ ਟਾਈਫਾਇਡ ਹੀ ਬਣੇ ਇਹਨਾਂ ਦੇ ਛੁੱਟੀਆਂ ਰਸੌਲੀਆਂ ਬਣ ਗਈਆਂ ਮੈਂ ਇੱਦਾਂ ਸਮਝਦਾ ਹਾਂ ਜੇ ਪਤਰਸ ਪ੍ਰਾਰਥਨਾ ਨਾਲ ਬਾਹਰ ਆ ਸਕਦਾ ਆ ਕਲੀਸਿਆ ਦਿਨਾਂ ਅਤੇ ਤੁਹਾਡੀ ਦੁਆ ਨਾਲ ਰਸੌਲੀਆਂ ਗਾਇਬ ਹੋ ਸਕਦੀਆਂ ਆਪਣਾ ਹੱਥ ਵਧਾਈਏ ਉੱਥੋਂ ਦੁਆ ਕਰੀਏ ਪ੍ਰਭੂ ਤੂੰ ਹੱਡੀ ਨੂੰ ਆਪਣੀ ਜਗ੍ਹਾ 'ਤੇ ਲਿਆ ਸਕਦਾ ਤੇਰੇ ਰਸੌਲੀਆਂ ਵੀ ਤੇਰੀ ਸਾਮਰ ਦੁਆਰਾ ਇੱਥੋਂ ਗਾਇਬ ਹੋ ਜਾਣ ਖੁਦਾ ਤੁਹਾਡੀਆਂ ਦੁਆਵਾਂ ਦਾ ਜਵਾਬ ਦੇਵੇਗਾ ਇਹ ਨੈਕਸ ਸੰਡੇ ਆ ਕੇ ਗਵਾਹੀ ਦੇਣ ਕਿ ਉਹ ਰਸੌਲੀਆਂ ਖਤਮ ਹੋ ਗਈਆਂ ਅੱਜ ਤੁਹਾਡੀ ਦੁਆ ਨਾਲ ਸ਼ਿਫਾ ਹੋਏਗੀ ਇਹ ਆਈ ਖੁਦਾ ਤੇਰਾ ਦਾਸ ਹੱਥ ਵਧਾ ਕੇ ਤੇਰੀ ਬੇਟੀ ਨੂੰ ਬਰਕਤ ਦਿੰਦਾ ਹੈ ਪ੍ਰਭੂ ਆਸ਼ੀਸ਼ ਦਿੰਦੇ ਹਾਂ ਔਰ ਤਮਾਮ ਮਾਂਦਗੀ ਦੀ ਆਤਮਾ ਨੂੰ ਮੈਂ ਛਿੜਕਦਾ ਇਸ ਭੈਣ ਦੀ ਜਿਸਮ 'ਚੋਂ ਨਿਕਲ ਜਾਣ ਸਾਰੀਆਂ ਇਹ ਰਸੌਲੀਆਂ ਪਿਘਲ ਜਾ ਇਹ ਸਭ ਗੱਠਾਂ ਪਿਘਲ ਜਾਣ ਚਸ ਵਿੱਚੋਂ ਔਰ ਇਹ ਤੇਰੀ ਵਡਿਆਈ ਕਰਦੀ ਲੋਟ ਹੈ ਜਿਹੀ ਦਿਆ ਤੁਸੀਂ ਪਹਿਲੀ ਕੀਤੀ ਤੇਹੀ ਦਿਆ ਖੁਦਾ ਅੱਜ ਵੀ ਕਰ ਦਿਓ ਮੇਰੀ ਬਹੁਤ ਜ਼ਿਆਦਾ ਪ੍ਰੋਬਲਮ ਵੱਧ ਗਈ ਸੀ ਡਾਕਟਰ ਕਹਿੰਦੇ ਕਿ ਤੈਨੂੰ 1 ਮਹੀਨਾ ਦਵਾਈ ਖਾਣੀ ਪੈਣੀ ਆ ਪਰ ਮੈਂ ਦਵਾਈ ਨਹੀਂ ਖਾਣਾ ਚਾਹੁੰਦੀ ਸੀਗੀ ਕਿਉਂਕਿ ਮੈਨੂੰ ਪਹਿਲਾਂ ਵੀ 2 ਮਹੀਨੇ ਬਹੁਤ ਪ੍ਰੋਬਲਮ ਰਹੀ ਆ ਮੈਂ ਬਹੁਤ ਜ਼ਿਆਦਾ ਦਵਾਈ ਖਾਣ ਤੋਂ ਅੱਕ ਗਈ ਸੀਗੀ ਮੈਂ ਪਾਸਟਰਾਂ ਨਾਲ ਗੱਲ ਕੀਤੀ ਪਾਸਟਰ ਕਹਿੰਦੇ ਤੁਸੀਂ ਚਰਚ ਆਓ ਤੁਹਾਡੀ ਸਾਰੀ ਪ੍ਰੋਬਲਮ ਦੂਰ ਹੋ ਜਾਣੀ ਆ ਅਤੇ ਮੈਂ ਉਸੇ ਸੰਡੇ ਚਰਚ ਆਈ ਮੈਨੂੰ ਪ੍ਰੋਬਲਮ ਬਹੁਤ ਸੀਗੀ ਪਰ ਮੈਂ ਫਿਰ ਵੀ ਚਰਚ ਆਈ ਮੈਂ ਕਿਹਾ ਵੀ ਪ੍ਰਭੂ ਚੰਗਾ ਕਰਨ ਵਾਲਾ ਪਰਮੇਸ਼ਵਰ ਵਾ ਇਹ ਤੋਂ ਵੱਡਾ ਕੋਈ ਡਾਕਟਰ ਨਹੀਂ ਗਾ ਮੈਂ ਦਵਾਈ ਛੱਡ ਦਿੱਤੀ ਉਸ ਦਿਨ ਤੋਂ
मेरे घर वाले ने कहा कि तू दवाई खा, मैं कहा नहीं, मैं चेते कोल जाना सी, मैं उहदे कोल चल गई हाँ, हुण मैनू किसी दवाई की लोड़ नहीं गई। तो मैं दवाई छड़ दित्ती, बस एक संडे मैं आई हाँ, ये दूसरे संडे मैनू बिल्कुल बिल्कुल ठीक हो गई मैं। आमीन आमीन। उत्थों दुआ कीती तुसी और तमाम मांदगी दी आत्मा नूं मैं छिड़कदा इस पैन दी जिस्म चो निकल जाण सारे ਉਧਰ ਉਹ ਤਾਂ ਠੀਕ ਹੋ ਗਿਆ ਤੂੰ ਬਸ ਹੈ ਨਾ ਘਾਟੀਆਂ ਦੁਆਵਾਂ ਨਾਲ ਭੈਣ ਭਰਾਵਾਂ ਦੇ ਦੁਆਵਾਂ ਨਾਲ ਮੈਂ ਚੰਗੀ ਹੋਈ ਆ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ ਪ੍ਰਭੂ ਦੇ ਦਾਸ ਦਾਸੀ ਦਾ ਧੰਨਵਾਦ ਕਰਦੀ ਆ ਕਿ ਮੈਂ ਬਹੁਤ ਬਹੁਤ ਜ਼ਿਆਦਾ ਦੁਖੀ ਸੀਗੀ ਮੈਂ ਮੇਰੇ ਪਾਸ ਪਈ ਹੋਈ ਸੀਗੀ ਇੰਨੀ ਜ਼ਿਆਦਾ ਬਾਹਰ ਨਿਕਲਦੀ ਸੀਗੀ ਮੇਰੇ ਹੱਥ ਨਹੀਂ ਲੱਗਦਾ ਸੀ ਮੈਂ ਬਹੁਤ ਪਰੇਸ਼ਾਨ ਸੀਗੀ ਕਿ ਮੈਂ ਪ੍ਰਭੂ ਮੈਨੂੰ ਇਸ ਦੁੱਖ ਤੋਂ ਛੁਟਕਾਰਾ ਕਰਾਂ ਮੈਂ ਖੁਦ ਵੀ ਦੁਆ ਕਰ ਪ੍ਰਾਰਥਨਾ ਕਰਦੀ ਰਹੀ ਪਾਸਟਰਾਂ ਨੇ ਵੀ ਪ੍ਰਾਰਥਨਾ ਕੀਤੀ ਪ੍ਰਭੂ ਨੇ ਮੈਨੂੰ ਚੰਗਾ ਕੀਤਾ ਮੈਂ ਪ੍ਰਭੂ ਦਾ ਧੰਨਵਾਦ ਕਰਦੀ।